ਜੇ ਕਾਰਪੋਰੇਟ ਘਰਾਣਿਆਂ ਦੇ ਹੱਥ ਸਮਾਨ ਮਿਲਣਾ ਹੀ ਨਹੀਂ, ਸਮਾਨ ਸਿੱਧਾ ਹਾਈਜੈਕ ਹੋਇਆ ਕਰਨਾ, ਸਿੱਧਾ ਜ਼ਮੀਨ ਤੋਂ ਲੈ ਕੇ ਸਿੱਧਾ ਹਾਈਜੈਕ ਹੋ ਕੇ ਇਹਨਾਂ ਦੇ ਗਡਾਊਨਾਂ 'ਚ ਪੈ ਜਾਣਾ। ਜਿਹੜੀ ਮਿਲਦੀ ਆ ਉਹ ਤੁਹਾਨੂੰ 200 ਰੁਪਏ ਨੂੰ ਮਿਲਿਆ ਕਰੂਗੀ ਪੈਕ ਹੋ ਕੇ। ਔਰ ਇਹ ਲੋਕ ਕਿਵੇਂ ਦੇਸ਼ ਨੂੰ ਲੁੱਟਦੇ ਆ ਸਰਕਾਰਾਂ ਨਾਲ ਰਲ ਕੇ। 28 ਬੰਦੇ ਗੁਜਰਾਤੀ, 28 ਬੰਦੇ ਗੁਜਰਾਤੀ ਖਰਬਾਂ ਰੁਪਈਆ ਲੁੱਟ ਕੇ ਲੈ ਗਏ ਜਿਹੜੇ ਇੱਥੋਂ ਭੱਜ ਗਏ। ਔਰ 28 ਦੇ ਵਿੱਚ ਗੁਜਰਾਤ ਤੋਂ ਬਾਹਰ ਦਾ ਇੱਕ ਵੀ ਬੰਦਾ ਸੀ। ਕਿਹੜੀ ਕਾਰਵਾਈ ਉਹਨਾਂ ਦੇ ਅੱਜ ਤੱਕ ਹੋਈ? ਕੋਈ ਕਾਰਵਾਈ ਉਹਦੇ ਉੱਪਰ ਹੋਈ? ਕਿਸੇ ਨੇ ਉਹਨਾਂ ਦੇ ਉੱਪਰ ਕਾਰਵਾਈ ਨਹੀਂ ਕੀਤੀ? ਉਹਨਾਂ ਨੂੰ ਇਹਨਾਂ ਗੁਜਰਾਤੀਆਂ ਨੇ ਲੁੱਟ ਲਿਆ। ਅਸੀਂ ਅੱਜ ਵੀ ਲੁੱਟ ਹੋ ਰਹੇ ਹਾਂ। ਸਾਡੇ NRI ਜੀ ਬਾਹਰ ਜਾਂਦੇ ਨੇ, ਬਾਹਰ ਜਾ ਕੇ ਜਿਹੜਾ ਕੰਮ ਉਹ ਕਰਦੇ ਨੇ ਉਹ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਕਿ ਉੱਥੇ ਹੀ ਕੋਈ ਅਫਸਰ ਦੇ ਆਪਣੇ ਆਪ ਨੂੰ ਬੜਾ ਹਾਈ ਫਾਈ ਦੱਸ ਕੇ ਅਤੇ ਉੱਚੇ ਉੱਚੇ ਬੋਲਾਂ ਦੇ ਵਿੱਚ ਚੁੱਪ। ਆਪਣੇ ਜਿੰਨੇ ਵੀ ਲੁਧਿਆਣੇ ਦੇ ਟੈਕਸੀ ਯੂਨੀਅਨ ਦੇ ਮੈਂਬਰ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਵੱਧ ਚੜ੍ਹ ਕੇ ਇਸ ਟੋਲ ਪਲਾਜ਼ਾ 'ਤੇ। ਦੇਖੋ ਇਹ ਟੋਲ ਪਲਾਜ਼ਾ ਜਿਹੜਾ ਹਮੇਸ਼ਾ ਵਿਵਾਦਾਂ 'ਚ ਹੀ ਰਹਿੰਦਾ। ਤਕਰੀਬਨ ਇੱਥੇ ਸਾਲ 'ਚ 3 ਵਾਰੀ ਰੇਟ ਵੱਧ ਗਏ ਜੀ, ਔਰ ਕਿਸਾਨਾਂ ਦੇ ਤਾਂ ਕਾਰਡ ਬਣੇ ਆ, ਅਸੀਂ ਤਾਂ ਲੰਘਦੇ ਹਾਂ, ਸਾਡੀਆਂ ਗੱਡੀਆਂ ਰੁਕਦੀਆਂ ਵੀ ਨਹੀਂ, ਪਰ ਕਿਤੇ ਨਾ ਕਿਤੇ ਆਮ ਪਬਲਿਕ ਜਿਹੜੀ ਉਹਦੀ ਜੇਬ 'ਤੇ ਵੱਡਾ ਡਾਕਾ ਪੈ ਰਿਹਾ ਸੀ। ਔਰ ਸਾਡੇ 2 ਜਥੇਬੰਦੀਆਂ ਨੇ ਫੈਸਲਾ ਕੀਤਾ ਵੀ ਨਹੀਂ, ਇਹਨੂੰ ਬਚਾਇਆ ਜਾਵੇ। ਅਸੀਂ ਇਹਨਾਂ ਨੂੰ ਮੰਗ ਪੱਤਰ ਦਿੱਤਾ, ਫਿਰ ਸੋਮਵਾਰ ਨੂੰ ਵੀਡੀਓ ਪਾ ਕੇ ਅਲਟੀਮੇਟਮ ਦਿੱਤਾ 1 ਹਫ਼ਤੇ ਦਾ, ਫਿਰ ਐਤਵਾਰ ਆ ਕੇ 11 ਵਜੇ ਅਸੀਂ ਇਹਨੂੰ ਫ੍ਰੀ ਕੀਤਾ। ਇਹਨੇ ਟਾਈਮ 'ਚ ਕੋਈ ਪ੍ਰਸ਼ਾਸਨ ਆਇਆ ਨਹੀਂ ਸਾਡੇ ਤੱਕ। ਕੱਲ੍ਹ ਫਿਰ ADM ਸਾਹਿਬ ਆਏ ਨਾਲ NHA ਦੇ ਅਧਿਕਾਰੀ ਸੀਗੇ, ਔਰ ਕੱਲ੍ਹ ਜਿਹੜੀ ਗੱਲਬਾਤ ਹੋਈ ਆ ਉਹ ਗੱਲਬਾਤ ਕੋਈ ਸਿੱਟੇ 'ਤੇ ਨਹੀਂ ਪਹੁੰਚੀ, ਗੱਲਬਾਤ ਦਾ ਕੋਈ ਰਿਜ਼ਲਟ ਨਹੀਂ ਨਿਕਲਿਆ ਉਹਦਾ। ਅਤੇ ਇਸ ਕਰਕੇ ਸਾਡਾ ਧਰਨਾ ਜਿਹੜਾ ਨਿਰੰਤਰ ਜਾਰੀ ਆ ਅਤੇ ਉਨੀ ਦੇਰ ਚੱਲੂਗਾ ਜਿੰਨੀ ਦੇਰ ਇਹ ਰੇਟ ਘੱਟ ਨਹੀਂ ਕਰ ਦਿੰਦੇ। ਸਰਕਾਰ ਪਹਿਲਾਂ 10 ਸਾਲ ਰਹੀ ਹੈ ਜੀ, ਮੋਦੀ ਸਰਕਾਰ ਨੇ ਕੋਈ ਵੀ ਫੈਸਲਾ ਪਬਲਿਕ ਦੇ ਹੱਕ 'ਚ ਨਹੀਂ ਕੀਤਾ, ਔਰ ਜਿੰਨੇ ਫੈਸਲੇ ਰਹੇ ਨੇ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਰਹੇ ਨੇ, ਔਰ ਜਿਹੜਾ ਰਵੱਈਆ ਉਹ ਤਾਨਾਸ਼ਾਹੀ ਰਿਹਾ। ਜਿੰਨੇ ਆਵਾਜ਼ ਉਠਾਈ ਉਹਨੂੰ ਕੁੱਟਿਆ, ਚੰਗੀ ਤਰ੍ਹਾਂ ਕੁੱਟਿਆ ਇਹਨਾਂ ਨੇ। ਅਸੀਂ ਕਹਿੰਦੇ ਹੁਣ ਦੁਬਾਰੇ ਫਿਰ ਜਨਤਾ ਨੇ ਮੌਕਾ ਦੇ ਦਿੱਤਾ, ਹੁਣ ਕੋਈ ਚੰਗਾ ਕੰਮ ਕਰ ਲਓ, ਕੋਈ ਜਨਤਾ ਦੇ ਹੱਕ 'ਚ ਫੈਸਲੇ ਲੈ ਆਓ ਜਿਹਦੇ ਨਾਲ ਸਾਡੇ ਦੇਸ਼ ਦੇ ਲੋਕਾਂ ਨੂੰ ਕੋਈ ਰਾਹਤ ਮਿਲੇ। ਦੇਖੋ ਸਾਡੀ ਸਰਕਾਰ ਤਾਂ ਹੈ ਨਹੀਂ, ਸਾਡਾ ਤਾਂ ਜਿਹੜਾ ਧਰਨੇ ਲੱਗਦੇ ਸਾਡਾ ਤਾਂ ਉੱਤੇ ਜ਼ੋਰ ਆ, ਜਿੱਥੋਂ ਤੱਕ ਸਾਡਾ ਚੱਲਦਾ ਚਲਾਉਂਦੇ ਆ। ਕਈ ਬੰਦੇ ਕਾਰਡ ਬਣਾ ਕੇ ਲੈ ਜਾਂਦੇ ਆ ਔਰ ਉਹ ਉੱਥੇ ਜਾ ਕੇ ਉਹਨੂੰ ਚਲਾ ਨਹੀਂ ਸਕਦੇ, ਚਲਾਉਣਾ ਪੈਂਦਾ ਜੀ ਉਹਨੂੰ। ਅਤੇ ਜੇ ਚਲਾ ਸਕਦੇ ਆ ਤਾਂ ਫਿਰ ਹੀ ਤਾਂ ਹੀ ਆ, ਜੇ ਜਿਹੜੇ ਬੰਦੇ ਚਲਾਉਣਾ ਜਾਣਦੇ ਉਹ ਚਲਾ ਵੀ ਜਾਂਦੇ ਆ ਜੀ। ਅਤੇ ਇਹ ਥੋੜ੍ਹਾ ਜਿਹਾ ਹੁੰਦਾ ਵਾ, ਗੱਲ ਕੀ ਆ ਵੀ ਅਸੀਂ ਕਾਰਡ ਕੋਈ ਟੋਲ ਪਲਾਜ਼ੇ ਲਈ ਨਹੀਂ ਦਿੰਦੇ, ਟੋਲ ਤੋਂ ਲੰਘਣ ਨੂੰ ਕਾਰਡ ਨਹੀਂ ਦਿੰਦੇ। ਕਾਰਡ ਸਾਡਾ ਇੱਕ ਆਈ ਕਾਰਡ ਆ, ਸਾਡੀ ਜਥੇਬੰਦੀ ਦੀ ਪਹਿਚਾਣ ਆ, ਲੰਘਦੇ ਕਿਉਂ ਆ ਉਹ ਦਿਖਾ ਕੇ, ਕਿਉਂਕਿ ਇਹ ਸੰਘਰਸ਼ ਲੜੇ ਆ ਪੰਜਾਬ ਨੂੰ ਬਚਾਉਣ ਲਈ, ਇਹ ਦੇਸ਼ ਨੂੰ ਬਚਾਉਣ ਲਈ, ਨੌਜਵਾਨਾਂ ਨੂੰ ਬਚਾਉਣ ਲਈ, ਉਸ ਦੇਸ਼ ਦੀ ਧਰਤੀ ਨੂੰ ਬਚਾਉਣ ਲਈ ਵੀ ਉਹ ਕਾਰਪੋਰੇਟ ਘਰਾਣੇ ਦੇ ਹੱਕ 'ਚ ਨਾ ਜਾਵੇ। ਇਹ ਨਾ ਹੋਵੇ ਕੱਲ੍ਹ ਨੂੰ ਸਾਨੂੰ ਦਿਹਾੜੀਆਂ ਕਰਨੀਆਂ ਪੈਣ।
ਤਾਂ ਕਰਕੇ ਆ। ਜਿੰਨਾ ਟਾਈਮ ਵੀ ਜਿੰਨਾ ਟਾਈਮ ਇਹ ਬੰਦ ਰਹੂਗਾ ਉੱਨੀ ਦੇਰ ਬੰਦ ਰਹੂਗਾ, ਜਿੰਨੀ ਦੇਰ ਇਹਨੂੰ ਸਹੀ ਤਰ੍ਹਾਂ ਘੱਟ, ਕਿਉਂਕਿ ਇਹਨਾਂ ਕੋਲ ਜਵਾਬ ਹੈ ਨਹੀਂ ਕੋਈ। ਜੇ ਇਹਨੂੰ ਪੁੱਛਦੇ ਪਏ ਦੀ ਮਨਿਆਦ ਕਦੋਂ ਖਤਮ ਹੋਣੀ ਹੈ, ਇਹਨਾਂ ਕੋਲ ਕੋਈ ਜਵਾਬ ਨਹੀਂ। ਜੇ ਇਹਨਾਂ ਨੂੰ ਪੁੱਛਦੇ ਪਏ ਇਹਦੇ ਰੇਟ ਕਿਉਂ ਵਧਾ ਰਹੇ ਵਾਰ ਵਾਰ, ਇਹਨਾਂ ਕੋਲ ਕੋਈ ਜਵਾਬ ਨਹੀਂ, ਜਵਾਬ ਹੈ ਨਹੀਂ ਕਿਸੇ ਗੱਲ ਦਾ ਵੀ। ਅਤੇ ਸਾਨੂੰ ਇੱਥੋਂ ਸ਼ੱਕ ਪੈਂਦੀ ਆ ਵੀ ਕੁਛ ਲੀਡਰਾਂ ਦੀ ਅਤੇ ਕੁਛ ਕੰਪਨੀਆਂ ਦੀ ਮਿਲੀ ਭੁਗਤਣਾ ਚੱਲ ਰਿਹਾ, ਵਰਨਾ ਦੀ ਮਨਿਆਦ ਮੈਨੂੰ ਤਾਂ ਖਤਮ ਹੋਈ ਹੋਈ। ਦੇਖੋ ਜੀ, ਆਪਾਂ ਦੇਖ ਰਹੇ ਹਾਂ ਲੋਕਾਂ ਦਾ ਵਿਊ ਕਿ ਇਹ ਜਿਹੜਾ ਲੋਡੋਵਾਲ ਟੋਲ ਪਲਾਜ਼ਾ, ਇਹ ਆਮ ਲੋਕਾਂ ਦੀ ਜਿਹੜੀ ਮੰਗ ਸੀ, ਡਿਮਾਂਡ ਸੀ ਕਿ ਬਹੁਤ ਇਹ ਜ਼ਿਆਦਾ ਮਹਿੰਗਾ ਟੋਲ ਪਲਾਜ਼ਾ ਮੰਨਿਆ ਗਿਆ। ਕਿਸਾਨਾਂ ਦੀ ਤਾਂ ਕਾਰਡ ਬਣੇ ਹੋਏ ਆ, ਸਾਨੂੰ ਤਾਂ ਇਸ ਮਸਲੇ ਵਿੱਚ ਕੋਈ ਸਾਡਾ ਲੈਣਾ ਦੇਣਾ ਹੈ ਨਹੀਂ, ਪਰ ਜਿਹੜੀ ਜਥੇਬੰਦੀਆਂ ਸ਼ੁਰੂ ਤੋਂ ਲੋਕਾਂ ਦੇ ਹਿੱਤਾਂ ਲਈ ਲੜਦੀਆਂ ਆਈਆਂ ਨੇ, ਸੋ ਜਿਹੜੇ ਲੋਕ ਸੀ ਆਮ, ਉਹਨਾਂ ਦਾ ਬੜਾ ਹੀ ਇਹ ਡਿਮਾਂਡ ਸੀ ਕਿ ਅਸੀਂ ਇਹ ਮਸਲੇ ਦੇ ਉੱਪਰ ਲੜਿਆ ਜਾਵੇ। ਅਤੇ ਅਸੀਂ ਇਹ ਆਵਾਜ਼ ਚੁੱਕੀ ਆ ਵੀ ਜਿਹੜੇ ਆਹ ਨਿਰੰਤਰ ਟੋਲ ਦੇ ਰੇਟ ਵਧਾਈ ਜਾ ਰਹੇ ਨੇ, ਵੀ ਇਹਨਾਂ ਨੂੰ ਆਪਾਂ ਘਟਾਈਏ, ਸਾਡੀ ਇਹ ਡਿਮਾਂਡ ਆ। ਇਹ ਜੀ ਸਰਕਾਰ ਦਾ ਟੈਕਸ ਹੈ ਜੀ, ਇਹ ਇਹਨੂੰ ਆਪਾਂ ਗੁੰਡਾ ਟੈਕਸ ਕਹਿ ਸਕਦੇ ਹਾਂ, ਕਿਉਂਕਿ ਜਿਹੜਾ ਪਹਿਲਾਂ ਮੁਗਲ ਸਰਕਾਰਾਂ ਸੀਗੀਆਂ ਉਦੋਂ ਵੀ ਉਹ ਗੁੰਡਾ ਟੈਕਸ ਲੈਂਦੀਆਂ ਹੁੰਦੀਆਂ ਸੀ, ਇਹ ਵੀ ਗੁੰਡਾ ਟੈਕਸ ਲੈਂਦੇ ਆ। ਅਤੇ ਉਦੋਂ ਵੀ ਸਿੰਘਾਂ ਨੇ, ਗਰਜਾ ਸਿੰਘ ਅਤੇ ਬੋਤਾ ਸਿੰਘ, ਉਹਨਾਂ ਨੇ ਉਸ ਟਾਈਮ ਆਵਾਜ਼ ਚੱਕੀ ਸੀ, ਔਰ ਜਿਹੜੇ ਮੁਗਲ ਉੱਥੇ ਗੁੰਡਾ ਟੈਕਸ ਵਸੂਲ ਕਰਦੇ ਸੀ ਉਹਦਾ ਵਿਰੋਧ ਕੀਤਾ ਸੀਗਾ। ਰਣਨੀਤੀ ਇਹ ਆ ਜੀ ਵੀ ਕੱਲ੍ਹ ਨੂੰ SDM ਸਾਹਿਬ ਆਏ ਸੀਗੇ, ਅਸੀਂ ਮੰਗ ਪੱਤਰ ਦੇ ਦਿੱਤਾ, ਹੁਣ ਆਮ ਤੌਰ 'ਤੇ ਤਾਂ ਇਹੀ ਉਹਦਾ ਮੰਗ ਪੱਤਰ ਦੇ ਕੇ ਬੰਦਾ ਆਪਦੇ ਘਰਾਂ ਨੂੰ ਚਲੇ ਜਾਂਦਾ, ਪਰ ਅਸੀਂ ਇਹ ਕਿਹਾ ਸੀਗਾ ਵੀ ਅਸੀਂ ਜਦ ਤੱਕ ਡਿਮਾਂਡਾਂ ਪੂਰੀਆਂ ਨਹੀਂ ਹੋਣਗੀਆਂ ਅਸੀਂ ਇੱਥੋਂ ਨਹੀਂ ਉੱਠਾਂਗੇ, ਟੋਲ ਫਰੀ ਰਹੂਗਾ। ਧੰਨਵਾਦ ਜੀ।